ਸਤਿ ਨਮਸਕਾਰ ਨਮਸਕਾਰ ਜੀ ਕੀ ਨਾਮ ਹੈ ਜੀ ਆਪਕਾ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਸਰ ਕहां ਸੇ ਆਏ ਹੈ ਲੁਧਿਆਣਾ ਪੰਜਾਬ ਸੇ ਜੀ ਸਰ ਕੀ ਕਰਤੇ ਹੈ ਮੈਂ ਪੰਜਾਬ ਸਿਟੀ ਰੈਲੈਕਸਿਟੀ ਬੋਰਡ ਤੋਂ ਐਡੀਸ਼ਨਲ ਐਸ ਡੀਓ ਦੀ ਪੋਸਟ ਤੋਂ ਰਿਟਾਇਰ ਹਾਂ ਅੱਜ ਕੱਲ ਮੈਂ ਦੀ ਲੁਧਿਆਣਾ ਦੇ ਇੱਕ ਹਸਪੀਟਲ ਵਿੱਚ ਪਦੌਰ ਹੈਡ ਆਫ ਦੀ ਡਿਪਾਰਟਮੈਂਟ ਕੰਮ ਕਰ ਰਿਹਾ ਹਾਂ ਸਰ ਸੰਤ RAMPAL ਜੀ ਮਹਾਰਾਜ ਜੀ ਸੇ ਨਾਮ ਰਿਖਸ਼ਾ ਕਬਲੀ ਮੈਂ 24 ਨਵੰਬਰ 2016 ਸੇ ਸਰ ਸੰਤਰਾਪਾਲ ਜੀ ਮਹਾਰਾਜ ਜੀ ਸੇ ਨਾਮ ਦੀਖਸਾ ਲੈਣੇ ਸੇ ਪਹਿਲੇ ਆਪ ਕਿਹੜੀ ਭਗਤੀ ਸਾਧਨਾ ਕਰਦੇ ਥੇ ਅ ਜੋ ਸਾਰਾ ਸਮਾਜਿਕ ਰੀਤੀ ਰਿਵਾਜ ਕਰਦੇ ਆ ਉਹੀ ਕਰਦਾ ਜੀ ਗੁਰਦੁਆਰੇ ਜਾਣਾ ਮੰਦਰਾਂ ਚ ਜਾਣਾ ਸਾਰੇ ਧਰਮਾਂ ਦਾ ਮੈਂ ਸਤਿਕਾਰ ਕਰਦਾ ਸੀਗਾ ਸਰ ਆਪ ਸਰਦਾਰ ਹੈ ਸਿੱਖ ਹੈ ਆਪ ਕੀ ਆਪਨੇ ਅਭੀ ਸਿੱਖ ਧਰਮ ਛੋੜ ਦਿਆ ਜੀ ਨਹੀਂ ਅਭੀ ਸਿੱਖ ਧਰਮ ਨਹੀਂ ਜਿਹੜਾ ਸੰਤਰਾਪਾਲ ਜੀ ਸ਼ਰਨ ਜਾਣ ਸਿੱਖ ਧਰਮ ਕੋਈ ਧਰਮ ਨਹੀਂ ਛੜਾਇਆ ਜਾਂਦਾ ਸਿਰਫ ਸੰਤਰਾਪਾਲ ਜੀ ਸਾਸਤਰ ਵਿਧੀ ਗ੍ਰੰਥਾਂ ਦੇ ਹਿਸਾਬ ਨਾਲ ਸਾਨੂੰ ਭਗਤੀ ਵਿਧੀ ਦੱਸਦੇ ਆ ਅਸੀਂ ਉਹੀ ਕਰਦੇ ਹੈਗੇ ਗੁਰੂ ਗ੍ਰੰਥ ਸਾਹਿਬ ਕੋ ਮਾਨਤੇ ਹੋ ਹਾਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਆ ਗੁਰੂਆਂ ਨੇ ਲਿਖੀ ਹੋਈ ਆ ਬਿਲਕੁਲ ਸਹੀ ਆ ਉਸ ਸੰਤਰਾਮਪਾਲ ਜੀ ਵੀ ਉਹੀ ਬਾਣੀ ਉਸੇ ਅਨਸਾਰ ਸਾਰੇ ਭਗਤਾਂ ਨੂੰ ਨਾਮ ਅਦਿਖਸ਼ਾ ਦਿੰਦੇ ਆ ਉਹਦੇ ਅਨਸਾਰ ਹੀ ਦਿੰਦੇ ਆ ਸੰਤਰਾਮਪਾਲ ਜੀ ਮਹਾਰਾਜ ਜੀ ਵੀ ਗੁਰੂ ਗ੍ਰੰਥ ਸਾਹਿਬ ਕੋ ਮਾਨਤੇ ਹਨ ਹਾਂ ਬਿਲਕੁਲ ਸੰਤਰਾਮਪਾਲ ਜੀ ਮਾਰਦੇ ਆ ਉਹਦੀ ਬਾਣੀ ਪਰਫੈਕਟ ਆ ਜੋ ਲਿਖੀ ਆ ਉਹ ਬਾਣੀ ਦੇ ਅਨਸਾਰ ਹੀ ਚੱਲਣ ਲਈ ਦੇ ਇਸ ਜਦ ਆਪ ਪਹਿਲੇ ਹੀ ਗੁਰਗ੍ਰੰਥ ਸਾਹਿਬ ਕੋ ਮਾਨਤੇ ਹਨ ਤਾਂ ਆਪਨੇ ਸੰਤ ਰਾਮਪਾਲ ਜੀ ਮਹਾਰਾਜ ਜੀ ਸੇ ਨਾਮ ਦੀਕਸ਼ਾ ਕਿਉਂ ਲਈ ਸائیں ਲੰਬੀ ਕਹਾਣੀ ਹੈ ਜੀ ਕੁਛ ਸਮੇਂ ਪਹਿਲਾਂ ਮੈਂ ਸੰਤ ਰਾਮ ਰਹੀਮ ਦੇ ਵਿੱਚ 1994 ਚ ਮੈਂ ਉੱਡ ਜੁੜਿਆ ਸੀ ਉਹਨਾਂ ਦੇ ਨਾਲ ਉਹਨਾਂ ਦਾ ਜੁੜਨਾ ਮੈਨੂੰ ਕਾਫੀ ਜਰ ਮੈਂ ਉਹਨਾਂ ਦੀ ਭਗਤੀ ਕੀਤੀ ਸਾਰਾ ਪਰਿਵਾਰ ਮੇਰਾ ਕਰਦਾ ਸੀ ਪਰ ਉਹਦੇ باوجود ਵੀ ਮੇਰੇ ਤੇ ਇੱਕ ਝੂਠਾ ਕਤਲ ਦਾ ਕੇਸ ਪੈ ਗਿਆ ਸੀ ਜਿਸ ਕਰਕੇ ਮੈਂ ਸੰਤ RAM ਰਹੀਮ ਨੂੰ ਮਿਲਿਆ ਗੁਫਾ ਜਾ ਕੇ ਉਹਨਾਂ ਨੂੰ ਅਰਦਾਸ ਬੇਨਤੀ ਕੀਤੀ ਪਰ ਮੇਰਾ ਕੋਈ ਹੱਲ ਨਹੀਂ ਹੋਇਆ ਜਿਸ ਕਰਕੇ ਮੈਨੂੰ 60 60 ਦਿਨ 56 ਦਿਨ ਜੇਲ੍ਹ ਚ ਰਹਿਣਾ ਪਿਆ ਤੇ ਹੌਲੀ ਹੌਲੀ ਫੇਰ ਮੈਂ ਸੰਤ RAM ਰਹੀਮ ਤੋਂ ਮੇਰਾ ਮਨ ਵਿਸ਼ਵਾਸ ਟੁੱਟ ਗਿਆ ਤਾਂ ਮੈਂ ਹਟ ਗਿਆ ਤਾਂ ਮੈਂ ਪੂਰਨ ਸੰਤ ਦੀ ਖੋਜ ਵਿੱਚ ਸੀ ਪੂਰਨ ਪਰਮਾਤਮਾ ਦੀ ਖੋਜ ਵਿੱਚ ਸੀ ਮਨ ਨੂੰ ਸੀ ਵੀ ਕੋਈ ਕੋਈ ਸੰਤ ਮਿਲੇ ਤਾਂ ਮੈਂ ਇਸ ਦੀ ਖੋਜ ਕਰਕੇ ਲਗਾ ਸੀ ਇਸ ਦੌਰਾਨ ਮੈਨੂੰ ਇੱਕ ਭਗਤ ਨੇ ਗਿਆਨ ਗੰਗਾ ਪੁਸਤਕ ਦਿੱਤੀ ਤੇ ਉਹ ਪੜ੍ਹ ਕੇ ਮੈਨੂੰ ਗਿਆਨ ਗੰਗਾ ਮੈਂ ਪੜ੍ਹੀ ਬਹੁਤ ਜਲਦੀ ਦਿੱਖ ਦਿਉ ਦਿਨਾ ਚ ਮੈਂ ਲਗਾਤਾਰ ਪੜ੍ਹੀ ਬੜੀ ਇੰਟਰਸਟਿਡ ਲੱਗੀ ਪਰ ਮੈਨੂੰ ਗਿਆਨ ਗੰਗਾ ਦੇ ਵਿੱਚ ਯੂਨੀਵਰਸਲ ਪ੍ਰੂਫ ਵੀ ਦਿੱਤੇ ਹੋਣ ਦੇ ਬਾਵਜੂਦ ਯਕੀਨ ਨਹੀਂ ਹੈ ਕਿਉਂਕਿ ਮੈਂ ਸਮਾਜ ਦੇ ਵਿੱਚ ਬਚਪਨ ਤੋਂ ਲੈ ਕੇ ਹੋਰ ਦੰਦ ਕਥਾ ਦਾ ਮੇਰੇ ਤੇ ਪ੍ਰਭਾਵ ਸੀ ਉਹ ਸੁਣੀਆਂ ਸੁਣਾਈਆਂ ਉਹ ਇਦਾਂ ਲੱਗਦਾ ਸੀ ਵੀ ਇਹ ਇਹ ਸੱਚਾ ਕੋਈ ਸੱਚਾ ਇਸ ਕਰਕੇ ਮੈਂ ਚੰਬੇ ਚ ਵਿੱਚ ਰਹਿ ਗਿਆ ਤੇ 2-3 ਸਾਲ ਇਸੇ ਤਰੀਕੇ ਨਾਲ ਮੇਰੇ ਲੰਘ ਗਏ ਅਖੀਰ ਫਿਰ ਮੈਨੂੰ 2016 ਦੇ ਵਿੱਚ ਫਿਰ ਅੰਦਰੋਂ ਮੇਰੇ ਲੜਕ ਜਗੀ ਵੀ ਮੈਨੂੰ ਕਿਸੇ ਪੂਰਨ ਪਰਮਾਤਮਾ ਦੀ ਖੋਜ ਕਰਨੀ ਚਾਹੀਦੀ ਆ ਤਾਂ ਮੈਂ ਫਿਰ ਉਸ ਭਗਤ ਨੂੰ ਜਿਸ ਨੇ ਮੈਨੂੰ ਉਹ ਕਿਤਾਬ ਦਿੱਤੀ ਸੀ ਉਹਨੂੰ ਫੋਨ ਕੀਤਾ ਉਹਨੇ ਕਿਹਾ ਵੀ ਮੈਂ ਤੁਹਾਨੂੰ ਪ੍ਰਥਮ ਮਤ ਗੁਰੂ ਜੀ ਦੀ ਸ਼ਾਮੇ ਚ ਦਵਾ ਦਾਂਗਾ ਕੌਣ ਸੇ ਗੁਰੂ ਜੀ ਵਿੱਚ ਸੰਤ ਰਾਪਾਲ ਜੀ ਦੀ ਸ਼ਰਨ ਵਿੱਚ ਮੈਂ ਤੁਹਾਨੂੰ ਮਿਲਾ ਦੇਵਾਂਗਾ ਤਾਂ ਮੈਂ ਉਹਨਾਂ ਨੂੰ ਫੋਨ ਕਰਕੇ ਜਦ ਗਿਆ ਤਾਂ ਉਹਨਾਂ ਨੇ ਮੈਨੂੰ ਜਿਸ ਦਿਨ ਮੈਨੂੰ ਟਾਈਮ ਦਿੱਤਾ ਮੈਂ ਗਿਆ ਤੇ ਅਚਾਨਕ ਉਹਨਾਂ ਦੇ ਪੋਤੀ ਹੋ ਗਈ ਉਹ ਹਸਪਤਾਲ ਚਲ ਗਿਆ ਮੇਰਾ ਮੇਲ ਨਹੀਂ ਹੋ ਰਿਹਾ ਮੈਂ ਵਾਪਸ ਨਰਾਸ਼ ਹੋ ਕੇ ਘਰ ਮੁੜਿਆ ਜਦੋਂ ਮੈਂ ਘਰ ਮੁੜਿਆ ਸ਼ਾਮ ਦਾ ਸਮਾਂ ਸੀ ਤੇ ਮੇਰੀ ਪਤਨੀ ਸੰਤ ਤਰੋਸ਼ ਅਦਾ ਜੀ ਦਾ satsang ਸੁਣ ਰਹੀ ਸੀ ਟੀਵੀ ਤੇ ਸੁਣਦੇ ਸੀ ਤਾਂ ਜਦੋਂ ਉਹਨੇ ਦੇਖ ਕੇ ਮੈਨੂੰ ਚੈਨਲ ਬੰਦ ਕਰ ਦਿੱਤਾ ਹੋਰ ਚੈਨਲ ਬਦਲਿਆ ਉਹਨੇ ਕਿਹਾ ਵੀ ਮੈਨੂੰ ਕਹਿਣਗੇ ਵੀ ਸਰਦਨ ਟੀਵੀ ਤੇ ਬੈਠੀ ਰਹਿੰਦੀ ਆ ਜਦੋਂ ਮੈਂ ਦੇਖਿਆ ਚੈਨਲ ਬਲਦੇਸਰਾਨ ਸੰਤ ਰਾਮਪਾਲ ਜੀ ਟੀਵੀ ਤੇ ਆਸ਼ੀਰਵਾਦ ਦੇ ਰਹੇ ਸੀਗੇ ਤੇ ਉਹਨਾਂ ਨੇ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਫੇਰ ਬਦਲਤਾ ਉਹਨੇ ਚੈਨਲ ਦਾ ਮੈਂ ਆਪਣੀ ਪਤਨੀ ਕਿਹਾ ਵੀ ਫੋਟੋ ਰਿਮੋਟ ਫੜ ਕੇ ਫਟਾਫਟ ਮੈਂ ਉਸ ਚੈਨਲ ਤੇ ਲਾਇਆ ਤਾਂ ਸੰਤ ਰਾਮਪਾਲ ਜੀ ਦਾ ਚੈਨਲ ਤੇ ਮੈਂ ਆਸ਼ੀਰਵਾਦ ਦੇਖਿਆ ਤੇ ਵੀ ਬੇਸ਼ਾਨੇ ਮੈਂ ਤੇ ਫੇਰ ਮੈਂ ਦੂਸਰੇ ਦਿਨ ਉਸ ਤੋਂ ਘੰਟਾ ਹੀ ਟੀਵੀ ਦੇ ਮੂਹਰੇ ਪਹਿਲਾਂ ਬੈਠ ਗਿਆ ਤੇ ਬੈਠਣ ਦੇ ਉਪਰੰਤ ਫਿਰ ਮੈਂ 2-3 ਦਿਨ ਸੰਤਰਾਮ ਜੀ ਦਾ ਸਮਝ ਦਾ ਪਤਾ ਲੱਗਿਆ ਮੈਂ 2-3 ਦਿਨ ਲਗਾਤਾਰ ਸੰਗ ਸੰ ਸੁਣਿਆ ਉਹਨਾਂ ਦਾ ਸੰਗ ਸੰਤਰਾਮਪਾਲ ਜੀ ਨੇ ਮੈਨੂੰ ਉਸ ਸਮੇਂ ਦੌਰਾਨ ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਭਾਈ ਵਾਲੇਵਾਲੀ ਤੇ ਪ੍ਰਾਣ ਸੰਗ੍ਰਿ ਵਿੱਚੋਂ ਖੋਲ ਕੇ ਸੁਣਾਇਆ भी सिख समाज संत रामपाल जी ने दस्यात रामपाल जी दे गुरु कौन सी और सारा प्रकरण सुनाया भी कि नाम जप दे जिस तो मैं प्रभात होकर संत रामपाल जी शरण गया सर आपने बताया था कि आपके ऊपर कतल का इल्ज़ाम था और उसके समाधान के लिए आप गुरमित राम रहीम सिंह के गुफा में आप जाते हैं उनसे बातचीत करते हैं सर क्या वहाँ पर आपको कोई समाधान नज़र नहीं आया या समाधान नहीं मिला आपको ਆ ਮੈਂ ਸੰਤਰਾਮ ਜੀ ਰਹੀਮ سے ਬੇਨਤੀ ਕੀਤੀ ਉਹਨਾਂ ਨੇ ਮੇਰਾ ਕੁਐਸਚਨ ਸੁਣ ਕੇ ਕੋਈ ਜਵਾਬ ਹੀ ਨਹੀਂ ਦਿੱਤਾ ਤੇ ਮੈਂ ਵਾਪਸ ਨਿਰਾਸ਼ ਹੋ ਕੇ ਮੁੜਿਆ ਆ ਮਉਣ ਤੋਂ ਬਾਅਦ ਆ ਕੇ ਫਿਰ ਮੈਂ ਜਦੋਂ ਸੰਤਰਾਪਾਲ ਜੀ ਦੀ ਮੈਂ ਸ਼ਰਨ ਚ ਗਿਆ ਮੈਂ 24 ਨਵੰਬਰ ਨੂੰ 16 ਚ ਸਾਨੂੰ ਚ ਆਇਆ ਸੀ 19 ਦਸੰਬਰ 1916 ਨੂੰ ਮੈਂ ਬਾਜਤ ਭਰੀ ਹੋ ਗਿਆ ਸਰ ਆ ਪੰਜਾਬ ਸਰਕਾਰ ਮੈਂ ਬਿਜਲੀ ਵਿਭਾਗ ਮੈਂ एस के पद पर रहे हैं आप अपने आप में एजुकेटेड पर्सन हैं समझदार हैं आपसे एक बात जानना चाहेंगे कि क्या कोई संत जेल में बैठे बैठे जिनके ऊपर खुद के ऊपर आरोप लगे हों वो क्या अपने अन्यायों को केवल भक्ति के द्वारा या मंत्रों के द्वारा उनको राहत दे सकते हैं आप मानते हैं आ, ऐसा हाँ ऐसा मानते हैं संत रामपाल जी ग्रंथ साहब वेद बाइबल कुरान शरीफ चारो वेदों शास्त्र विधि अनुसार ਭਗਤੀ ਮਾਰਗ ਬੋਤਾਤੇ ਆ ਜਿਹਨੂੰ ਜਪਨ ਦੇ ਨਾਲ ਪਰਮਾਤਮਾ ਦਾ ਹਰੇਕ ਬੰਦੇ ਨੂੰ ਲਾਭ ਹੁੰਦਾ ਤੇ ਉਹਦੇ ਦੁਨਿਆਵੀ ਦੁੱਖ ਕਸ਼ਟ ਸਾਰੇ ਦੂਰ ਹੋ ਜਾਂਦੇ ਹੈ। ਤਾਂ ਲੋਕ ਇਹ ਕਹਿੰਗੇ ਕਿ ਸੰਤ ਰਾਮਪਾਲ ਜੀ ਮਹਾਰਾਜ ਜੇਲ੍ਹ ਮੇ ਹੈ ਤਾਂ ਉਹ ਖੁਦ ਬਾਹਰ ਕਿਉਂ ਨਹੀਂ ਆ ਜਾਂਦੇ? ਉਹ ਆਪਣੇ ਮੰਤਰੋ ਕੋ ਭਗਤੀ ਵਿਧੀ ਬਤਾ ਕਰਕੇ ਬਾਹਰ ਨਿਕਲ ਸਕਤੇ ਹੈ ਤਾਂ ਉਹ ਖੁਦ ਕਿਉਂ ਨਹੀਂ ਆ ਜਾਂਦੇ? ਸੰਤ ਰਾਮਪਾਲ ਜੀ ਦੁਨੀਆਂ ਕੇ ਲਈਏ ਸਮਾਜ ਕੇ ਲਈਏ ਜੇਲ੍ਹ ਮੇ ਹੈ ਸਾਰੇ ਆਮ ਸਾਡੇ ਲਈ ਤਾਂ ਉਹ ਹਾਜ਼ਰ ਨਾਜ਼ਰਾ ਜਦੋਂ ਵੀ ਚਾਹੋ ਇਸ ਲਈ ਤਾਂ ਜੋ ਜੋ ਸੰਤ ਇਸ ਸਮਾਜ ਦੇ ਵਿੱਚ ਸੱਚ ਦੇ ਪ੍ਰਚਾਰ ਕਰੇਗਾ ਉਹਦੇ ਨਾਲ ਇਹ ਮੌਕੇ ਦਾ ਪ੍ਰਸ਼ਾਸਨ ਮੌਕੇ ਦੀ ਸਰਕਾਰਾਂ ਇਹੇ ਕਰਦੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਮੌਕੇ ਦੇ ਬਾਬਰ ਨੇ ਅੰਦਰ ਰੱਖਿਆ ਸੀ ਕ੍ਰਿਸ਼ਨ ਜੀ ਦਾ ਜੇਲ੍ਹ ਹੀ ਜਨਮ ਚੁਆ ਇਸ ਕਰਕੇ ਜੋ ਪੂਨ ਸੰਤ ਜੋ ਸਹੀ ਮਾਰਗ ਤੇ ਚੱਲੇਗਾ ਉਹ ਉਹਦਾ ਸਮਾਜ ਬਰੋਚ ਕਰਕੇ ਉਹਦੇ ਨਾਲ ਕੋਈ ਨਾ ਕੋਈ ਝੂਠੇ ਇਲਜ਼ਾਮ ਲਾ ਕੇ ਉਹਨੂੰ ਜੇਲ੍ਹ ਰੱਖਣ ਦੀ ਕੋਸ਼ਿਸ਼ ਕਰ ਪਰ ਸੰਤ ਰਾਮਪਾਲ ਜੀ समाज ਲਈ جیل ਵਿੱਚ ਚੰਦਰ ਉਹਦੇ ਨਜਾਇਜ਼ੀਆਂ ਲਈ ਕੋਈ ਬਾਹਰ ਨਹੀਂ ਉਹ ਹਰ ਹਰਮਾ ਹਾਜ਼ਰ ਨੇ ਸਰ ਹਰ ਵਿਅਕਤੀ ਬక్తి ਇਸ ਲਈ ਕਰਤਾ ਹੈ ਤਾਂ ਕਿ ਉਸ ਕੋ ਸੰਸਾਰਿਕ ਭੌਤਿਕ ਆਰਥਿਕ ਮਾਨਸਿਕ ਲਾਭ ਮਿਲੇ ਆਪਸੇ ਜਾਨਣਾ ਚਾਹਾਂਗੇ ਕਿ ਸੰਤ RAMPAL ਜੀ ਮਹਾਰਾਜੀ ਸੇ ਨਾਮ ਦੇਖਾ ਲੈਣੇ ਕੇ ਬਾਦ ਆਪਕੋ ਕਿਆ ਕਿਆ ਲਾਭ ਮਿਲੇ ਸਭ ਤੋਂ ਪਹਿਲਾ ਤਾਂ ਮੈਨੂੰ ਸੰਤਰਾਪਾਲ ਜੀ ਦੀ ਸ਼ਰਨ ਜਾਣਨਾ ਅਤੇ ਆਤਮ ਗਿਆਨ ਹੋਇਆ ਪੂਰਮ ਪੂਰਮ ਮੋਕਸ਼ ਦਾ ਮਾਰਗ ਮਿਲਿਆ ਹੈ ਜੋ ਸਾਡੇ ਗੁਰੂਆਂ ਨੇ ਸਾਰਿਆਂ ਨੇ ਸੰਤ ਸਮਾਜ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਮੈਨੂੰ ਪੂਰਨ ਮਾਰਗ ਮਿਲਿਆ ਦੂਸਰਾ ਲਾ ਮੈਂ 19 20 ਦਿਨਾਂ ਬਾਅਦ ਇੱਕ ਕਤਲ ਕੇਸ ਦੇ ਵਿੱਚੋਂ ਬਰੀ ਹੋਇਆ ਤੇ ਤੀਸਰਾ ਇੱਕ ਲਾਬ ਹੋਰ ਹੈ ਮੇਰੀ ਬੇਟੀ ਦੀ ਕੈਨੇਡਾ ਦੀ ਅਸੀਂ ਪੀਆਰ ਲਈ ਹੋਈ ਸੀ ਜਾਣ ਵਾਸਤੇ ਤੇ ਜਦੋਂ ਉਹਦੀ ਇੰਟਰਵਿਊ ਆਈ ਤਾਂ ਇੰਟਰਵਿਊ ਤੇ ਅੰਗਰੇਜ਼ ਨੇ ਉਹਨੂੰ ਐਸੇ ਕੁਸਚਨ ਪੁੱਛੇ ਜਿਹਦਾ ਉਸ ਸਹਿ ਜਵਾਬ ਸਹੀ ਨਾ ਦੇ ਪਈ ਉਹ ਸੈਟੀਸਫਾਈ ਨਹੀਂ ਸੀ ਉਹਨੇ ਮਨ੍ਹਾ ਕਰ ਦਿਆ ਥਾ ਤੇ ਅਸੀਂ ਉਥੋਂ ਨਰਾਸ਼ ਹੋ ਕੇ ਵਾਪਸ ਮੁੜਿਆ ਇਹ ਮੁੜ ਕੇ ਆ ਕੇ ਉਸਨੇ ਆਪਣੇ ਹਸਬੰਦ ਨਾਲ ਗੱਲ ਕੀਤੀ ਵੀ ਮੇਰੇ ਨੂੰ ਤਾਂ ਕੋਈ ਤਸੱਲੀ ਨਹੀਂ ਹੋਈ ਬਈ ਵਿਜੇ ਮੈਂ ਸੰਤਰਾਪਾਲ ਦੀ ਸ਼ਰਨ ਚ ਨਾਮ ਪ੍ਰਦੀਕਸ਼ਾ ਲੈਣਾ ਤਾਂ ਮੇਰਾ ਕੰਮ ਬਣ ਸਕਦਾ ਉਥੇ ਹਸਬੰਦ ਨੇ ਉਹਨੂੰ ਕਿਹਾ ਵੀ ਤੁਸੀਂ ਨਾਮ ਉੱਤੇ ਸੰਤਰਾਪਾਲ ਜੀ ਦਾ ਨਾਮ ਪ੍ਰਦੇਸ਼ ਲੈ ਲਓ ਜੇ ਤੁਸੀਂ ਤੁਹਾਡਾ ਕੰਮ ਬਣ ਗਿਆ ਤਾਂ ਮੈਂ ਵੀ ਲੈ ਲਵਾਂ ਤੇ ਸੰਤਰਾਪਾਲ ਜੀ ਸ਼ਰਨ ਚ ਲੈਂਡ ਉਹਨਾਂ ਨੂੰ ਨਾ ਪ੍ਰਸਰ ਮੰਤਰ ਲੈਂਡ ਦੇ 3 ਤੀਸਰੇ ਦਿਨ ਕੈਨੇਡਾ ਅੰਬੈਸੀ ਤੋਂ ਉਹਨਾਂ ਨੂੰ ਫੋਨ ਆਇਆ ਕੀ ਆ ਉਹਦਾ ਪਾਸਪੋਰਟ ਜਮਾ ਕਰਾ ਦਿਓ ਤੇ ਡੇਢ ਮਹੀਨੇ ਦਾ ਉਹਨਾਂ ਨੂੰ ਇੰਡੀਆ ਛੱਡਣ ਦਾ ਹੁਕਮ ਦੇ ਕੇ ਉਹਨਾਂ ਨੂੰ ਕੈਨੇਡਾ ਦੀ ਪੀਆਰ ਮਿਲ ਗਈ ਜੋ ਅੱਜ ਕੱਲ ਕੈਨੇਡਾ ਵਿੱਚ ਰਹਿ ਰਹੇ ਨੇ ਤੇ ਇਹ ਸਾਨੂੰ ਬਹੁਤ ਵੱਡਾ ਲਾਭ ਹੋਇਆ ਚਮਤਕਾਰ ਹੋਇਆ ਜੋ ਜੋ ਜਵਾਬ ਹੈ ਨੇ ਤਿੰਨ ਦਿਨਾਂ ਦੇ ਅੰਦਰ ਤਿੰਨ ਦਿਨਾਂ ਦੇ ਅੰਦਰ ਅੰਦਰ ਸਾਨੂੰ ਦੁਬਾਰਾ ਪੀਆਰ ਮਿਲ ਗਈ ਕੈਨੇਡਾ ਦੀ ਸਰ ਲਗਾਤਾਰ ਇਹ ਸੁਣਨੇ ਮੈਂ ਆਤਾ ਹੈ ਕਿ ਸੰਤ ਰਾਮਪਾਲ ਜੀ ਮਹਾਰਾਜ ਜਿਸੇ ਜੋ ਵੀ ਨਾਮ ਦੀਖਸ਼ਾ ਲੈਂਦਾ ਹੈ ਉਹ ਨਸ਼ਾ ਛੱਡ ਦਿੰਦਾ ਹੈ ਆਪ ਪੰਜਾਬ ਮੇ ਰਹਤੇ ਹੈ ਔਰ ਇਹ ਸੁਣਨੇ ਮੇ ਮਿਲਤਾ ਹੈ ਕਿ ਪੰਜਾਬ ਮੇ ਨਸ਼ਾ ਬਹੁਤ ਚਰਮ ਪਰ ਹੈ ਤੋ ਸਰ ਕੀ ਆਪ ਵੀ ਕੋਈ ਨਸ਼ਾ ਕਰਤੇ থে ਪਹਿਲੇ ਨਹੀਂ ਮੈਂ ਕੋਈ ਸਿੱਖ ਸਮਾਜ ਜਾਂ ਗੁਰੂਆਂ ਦਾ ਧਾਰਮਿਕ ਹੋਣ ਕਰਨ ਵੇ ਕੋਈ ਨਸ਼ਾ ਜਿਆਦਾ ਨਹੀਂ ਕਰਦਾ ਤੇ ਆਮ ਡਰਿੰਕ ਕਿਤੇ ਕਿਤੇ ਕਰ ਲੈਂਦਾ ਸੀ ਬਹੁਤ ਸੰਤਰਾਪਾਲ ਦੀ ਸ਼ਨ ਜਾਣ ਤਾਂ ਉਹ ਤੋਂ ਤਾਂ ਮੈਂ ਇਹੋ ਜੀਆਂ ਚੀਜ਼ਾਂ ਤੋਂ ਸਮਾਜਿਕ ਬੁਰਾਈਆਂ ਚੋਂ ਨੀਚ ਜਿਹੜੀਆਂ ਬਹੁਤ ਬਰਾਇਆਂ ਸੀਆਂ ਮੇਰੀਆਂ ਸਭ ਛੂਟ ਗਈਆਂ ਨਸ਼ਾ ਤੋਂ ਮੈਂ ਪਹਿਲੇ ਨਹੀਂ ਕਰਦਾ ਸੀ ਸੰਤ ਰਾਮ ਅਮਰੀ ਸ਼ਾਨ ਰੌਣਚੋ ਤੋਂ ਮੈਂ ਨਸ਼ੇ ਵਾਲੇ ਦੇ ਕੋਲ ਵੀ ਖਾਣਾ ਪਸੰਦ ਨਹੀਂ ਕਰਦਾ ਸਰ ਭਗਤ ਸਮਾਜ ਕੋ ਕਿਆ ਸੰਦੇਸ਼ ਦੇਣਾ ਚਾਹੇਂਗੇ ਭਗਤ ਸਮਾਜ ਕੋ ਮੈਂ ਸੰਦੇਸ਼ ਤੋਂ ਨਹੀਂ ਦੇ ਸਕਦਾ ਸੰਦੇਸ਼ ਤੋਂ ਸੰਤ ਰਾਪਾਲ ਜੀ ਮਹਾਰਾਜ ਜੀ ਜੋ ਪੂਰ ਸੰਤ ਹੈ ਉਹੀ ਦੇ ਸਕਦਾ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰ ਸਕਦਾ ਹਾਂ ਵੀ ਸੰਤ ਰਾਪਾਲ ਜੀ ਦੇ ਟੀਵੀ ਉੱਤੇ ਬਹੁਤ ਸਾਰੇ ਚੈਨਲਾਂ ਉੱਤੇ ਸੰਤ ਸੰਗ ਆਉਂਦਾ ਸੁਣੋ 15 ਦਿਨ 20 ਦਿਨ ਲਗਾਤਾਰ ਸੁਣੋ ਆਪਕੋ ਗਿਆਨ ਅੱਛਾ ਲਗੇ ਤਾਂ ਸੰਤਰਾਪਾਲ ਜੀ ਦੀ ਸ਼ਰਨ ਜੂਰੋ ਮੈਂ ਦਾਅਵੇ ਨਾ ਕਰ ਸਕਦਾ ਹਾਂ ਕੋਈ ਵੀ ਪ੍ਰਾਣੀ ਸੰਤਰਾਪਾਲ ਜੀ ਦਾ 15 20 ਦਿਨ ਸੰਨ ਹੋਏ ਤਾਂ ਉਹਦੀ ਸ਼ਰਨ ਜ਼ਰੂਰ ਆਊਗਾ ਆਪ ਨੂੰ ਪਤਾ ਲੱਗ ਜਾਏਗਾ ਵੀ ਸੰਤਰਾਪਾਲ ਜੀ ਹੀ ਇਸ ਧਰਤੀ ਤੇ ਤਿੰਨ ਲੋਕ ਦੇ ਵਿੱਚ ਪੂਨ ਰਸੰਤਾ ਇਹਦੇ ਮੁਕਾਬਲੇ ਕੋਈ ਸੰਤ ਨਹੀਂ ਹੈ ਔਰ ਉਹ ਜਿਹੜੀ ਭਗਤੀ ਦੇ ਰਹੇ ਆ ਸਾਰੇ ਪ੍ਰਮਾਣਤ ਸ਼ਾਸਤਰ ਗ੍ਰੰਥ ਸਾਹਿਬ ਵੇਦ ਦੇ ਅਨਸਾਰ ਹੀ ਦੇ ਰਹੇ ਹਰ ਬਹੁਤ ਬਹੁਤ ਧੰਨਵਾਦ ਸਤ ਸਾਈਂ